ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਲੰਘੀ 8 ਅਗਸਤ ਨੂੰ ਹੋਏ ਪਟਵਾਰੀਆਂ ਵਾਸਤੇ ਟੈਸਟ ਦੇ ਦੌਰਾਨ ਬੜੀਆਂ ਸ਼ਿਕਾਇਤਾਂ ਆਈਆਂ ਕਿ ਵੱਖ ਵੱਖ ਉਮੀਦਵਾਰਾਂ ਨੂੰ ਗੁਰਸਿੱਖ ਉਮੀਦਵਾਰਾਂ ਨੂੰ ਵੱਖ ਵੱਖ ਪ੍ਰੀਖਿਆ ਕੇਂਦਰਾਂ ਦੇ ਵਿੱਚ ਕਕਾਰ ਲਾ ਕੇ ਪ੍ਰੀਖਿਆ ਦੇਣ ਵਾਸਤੇ ਮਜਬੂਰ ਕਰਨ ਦੇ ਘਟਨਾਵਾਂ ਸਾਹਮਣੇ ਵੇਰਵੇ ਆਏ ਨੇ। ਉਸ ਸੰਬੰਧ ਵਿੱਚ ਪਿਛਲੇ ਦਿਨੀ ਸਬ ਕਮੇਟੀ ਬਣਾ ਦਿੱਤੀ ਗਈ, ਜਿਸ ਕਮੇਟੀ ਦੀ ਅੱਜ ਪਹਿਲੀ ਮੀਟਿੰਗ ਹੋਈ। ਉਸ ਦੇ ਵਿੱਚ ਇਹ ਫੈਸਲੇ ਕੀਤੇ ਗਏ ਨੇ ਕਿ ਜਿੱਥੇ ਜਿੱਥੇ ਇਹ ਘਟਨਾਵਾਂ ਵਾਪਰੀਆਂ ਦਾ ਪਤਾ ਲੱਗਾ, ਸੰਬੰਧਿਤ ਸਾਡੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ, ਸਾਡੇ ਪ੍ਰਚਾਰਕ ਸਾਹਿਬਾਨ, ਉਹ ਆਪਣੇ ਆਪਣੇ ਇਲਾਕੇ ਦੇ ਉਹਨਾਂ ਪ੍ਰੀਖਿਆ ਕੇਂਦਰਾਂ ਦੇ ਵਿੱਚ ਜਾ ਕੇ ਇਹਦੇ ਸੰਬੰਧੀ ਜਿਹੜੀ ਉਹ ਜਾਣਕਾਰੀ ਪ੍ਰਾਪਤ ਕਰਨ, ਨਾਲ ਦੀ ਨਾਲ ਪ੍ਰਭਾਵਿਤ ਉਮੀਦਵਾਰਾਂ ਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਅਸੀਂ ਨੰਬਰ ਦੇ ਰਹੇ ਹਾਂ, ਉਹਨਾਂ ਨੰਬਰਾਂ ਦੇ ਉੱਤੇ ਜਿਹੜਾ ਸੰਪਰਕ ਕੀਤਾ ਜਾਵੇ ਤਾਂ ਜੋ ਸਾਨੂੰ ਪਤਾ ਲੱਗ ਸਕੇ ਵੀ ਕਿੱਥੇ ਕੀ ਹੋਇਆ। ਇਹ ਤੋਂ ਇਲਾਵਾ ਇਹ ਘਟਨਾਵਾਂ ਵਾਰ ਵਾਰ ਵਾਪਰ ਰਹੀਆਂ ਨੇ, ਜਦੋਂ ਕਿ ਵਿਦੇਸ਼ਾਂ ਵਿੱਚ ਸਿੱਖ ਆਪਣੇ ਘਰਾਂ ਦੀ ਲੜਾਈ ਲੜ ਕੇ ਜਿੱਤ ਰਹੇ ਨੇ। ਪਰ ਬੜੀ ਸ਼ਰਮ ਦੀ ਗੱਲ ਹੈ ਸਰਕਾਰਾਂ ਵਾਸਤੇ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਅਜਿਹੇ ਫਿਰਕੂ ਮਾਨਸਿਕਤਾ ਵਾਲੇ ਲੋਕ ਜਿਹੜੇ ਆ ਉਹ ਸਿੱਖ ਵਿਦਿਆਰਥੀਆਂ ਨੂੰ, ਸਿੱਖ ਪ੍ਰਿਖਿਆਰਥੀਆਂ ਨੂੰ ਜਿਹੜਾ ਪਰੇਸ਼ਾਨ ਕਰਦੇ ਨੇ, ਉਹਦੇ ਸੰਬੰਧ ਵਿੱਚ ਵੀ ਜਿਹੜਾ ਉਹ ਜ਼ਿੰਮੇਵਾਰੀ ਲਾਈ ਗਈ ਆ ਕਿ ਸੰਬੰਧਿਤ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ, ਸਿਵਲ ਅਧਿਕਾਰੀਆਂ ਨੂੰ ਜਿਹੜਾ ਉਹ ਲੈਟਰ ਲਿਖ ਦਿੱਤੀ ਜਾਵੇ ਕਿ ਉਹ ਉਹਨਾਂ ਪ੍ਰੀਖਿਆ ਕੇਂਦਰਾਂ ਦੇ ਜਿਹੜੇ ਆ ਉਹ CCTV ਕੈਮਰਿਆਂ ਦੀ ਫੁਟੇਜ ਸਾਂਭਣ ਵਾਸਤੇ ਉਹਨਾਂ ਨੂੰ ਜਿਹੜਾ ਉਹ ਸੰਬੰਧਿਤ ਅਦਾਰਿਆਂ ਦੇ ਮੁਖੀਆਂ ਨੂੰ ਕਹਿ ਦੇਣ, ਅਤੇ ਨਾਲ ਹੀ ਇਹ ਵੀ ਜਿਹੜਾ ਉਹ ਖਾਸ ਤੌਰ 'ਤੇ ਤਾਕੀਦ ਕਰਦੇ ਆ ਕਿ ਕੋਈ ਕਿਸੇ ਵੀ ਸੰਸਥਾ ਦਾ ਜਿਹੜਾ ਕੈਮਰੇ ਦਾ ਇਹ ਨਾ ਰਿਕਾਰਡ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਉਹ ਰਿਕਾਰਡ ਦੇਣ ਤੋਂ ਪਾਸੇ ਕੀਤਾ ਜਾਵੇ, ਕਿਉਂਕਿ ਕੈਮਰੇ ਹਰ ਥਾਂ ਲੱਗੇ ਨੇ, ਕੈਮਰੇ ਦੀ ਨਿਗਰਾਨੀ 'ਚ ਪ੍ਰੀਖਿਆ ਹੋਈਆਂ ਨੇ, ਅਤੇ ਉਹ ਜਿਹੜਾ ਨਾ ਸਾਨੂੰ ਉਹਦੇ ਤੋਂ ਅਸੀਂ ਇਹ ਲੱਗ ਜਾਊਗਾ ਪਤਾ ਵੀ ਕਿੱਥੇ ਕੀ ਹੋਇਆ, ਉਹਦੇ ਅਕੋਰਡਿੰਗਲੀ ਫਿਰ ਜਿਹੜੀ ਅਸੀਂ ਉਹ ਅਗਲੀ ਕਾਰਵਾਈ ਕਰਾਂਗੇ।